ਕਿੰਨੇ ਸੋਹਣੇ ਫੁੱਲ ਨੇ, ਜਗ੍ਹਾ ਜਗ੍ਹਾ ਉੱਤੇ ਟੈਲੀਫੋਨ ਬੂਥ ਹਜੇ ਵੀ ਲਾਏ ਹੋਏ ਨੇ, ਅਮੈਰੀਕਨਸ ਲਈ ਉੱਥੇ ਬਣਿਆ ਹੋਇਆ ਹੁਣ ਕਰਕੇ ਤਾਂ ਸਵੇਰੇ ਸਵੇਰੇ 11 ਕੁ ਵੱਜਣੇ ਜਿਵੇਂ ਤਾਂ ਪੋਰਟਰੇਟ 40 ਪਾਉਂਡ ਦਾ ਫੁੱਲ ਮਾਹੌਲ ਵਧੀਆ ਕ੍ਰੀਏਟ ਹੋ ਜਾਂਦਾ ਇੱਥੇ। ਉਹ ਕੈਨੇਡਾ ਹਾਊਸ ਹੈਗਾ ਹਾਂ, ਇਹ ਵਾਲਾ ਹੈਗਾ ਵੀ ਐਫ ਐਸ ਆਫਿਸ ਦਾ ਐਡਰੈਸ। ਦੇਖੋ ਜੀ ਕਿਸ ਤਰੀਕੇ ਦਾ ਜਿਹੜਾ ਮਾਹੌਲ ਆ ਸਜਾਇਆ ਹੋਇਆ ਹੈਗਾ ਫੁੱਲਾਂ ਦੇ ਨਾਲ, ਕਿੰਨੇ ਸੋਹਣੇ ਫੁੱਲ ਨੇ ਜਿਹੜੇ ਲੰਡਨ ਦੀਆਂ ਸਟੇਟਾਂ ਦੇ ਉੱਤੇ ਲਾ ਕੇ ਲੰਡਨ ਦੀ ਖੂਬਸੂਰਤੀ ਨੂੰ ਜਿਹੜਾ ਵਧਾਇਆ ਹੋਇਆ ਹੈਗਾ। ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਮੇਨਟੇਨ ਕੀਤਾ ਹੋਇਆ ਹੈਗਾ। ਅਤੇ ਆਪਾਂ ਜੀ ਚੱਲਦੇ ਚੱਲਦੇ ਪਹੁੰਚ ਗਏ ਹਾਂ ਫਿਰ ਇੱਕ ਵਾਰੀ ਟ੍ਰਾਫਲਗਰ ਸਕੇਅਰ ਦੇ ਉੱਤੇ, ਅਤੇ ਜਿਹਦੇ ਨਾਮ ਦੇ ਉੱਤੇ ਥੀਏਟਰ ਵੀ ਬਣਿਆ ਹੋਇਆ ਜਿਹੜਾ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਜਗ੍ਹਾ ਜਗ੍ਹਾ ਉੱਤੇ ਟੈਲੀਫੋਨ ਬੂਥ ਹਜੇ ਵੀ ਲਾਏ ਹੋਏ ਨੇ ਜਿਹੜੇ ਵਰਕਿੰਗ ਦੇ ਵਿੱਚ ਨੇ। ਟ੍ਰਾਫਲਗਰ ਸਕੇਅਰ ਮੇਰੇ ਬਿਲਕੁਲ ਸਾਹਮਣੇ ਆ ਜੀ, ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਮਲੇਸ਼ੀਆ ਦਾ ਝੰਡਾ ਲੱਗਿਆ ਹੋਇਆ ਸਾਹਮਣੇ, ਉਹ ਦੇਖੋ ਉਸੇ ਜਗ੍ਹਾ ਦੇ ਉੱਤੇ ਅੱਜ ਆਪਾਂ ਫਿਰ ਪਹੁੰਚ ਗਏ। ਚੱਲਦੇ ਚੱਲਦੇ ਅਮੈਰੀਕਨ ਕੈਂਡੀਗੋ ਨਾਂ ਦਾ ਇੱਕ ਸਟੋਰ ਅਮੈਰੀਕਨਸ ਲਈ ਇੱਥੇ ਬਣਿਆ ਹੋਇਆ, ਐਂਡ ਦੇਖੋ ਫੁੱਲਾਂ ਦੇ ਨਾਲ ਬਹੁਤ ਜ਼ਿਆਦਾ ਸਜਾਵਟ ਕੀਤੀ ਹੋਈ ਆ। ਝੰਡੇ ਇਹਨਾਂ ਨੇ ਤਕਰੀਬਨ ਜਿੱਥੇ ਘੁੰਮਣ ਵਾਲੀਆਂ ਪਲੇਸਿਸ ਨੇ ਹਰੇਕ ਜਗ੍ਹਾ ਦੇ ਉੱਤੇ ਲਗਾਏ ਹੋਏ ਨੇਗੇ, ਅਤੇ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਵਾਈਟ ਬਿਲਡਿੰਗਾਂ ਦੇ ਨਾਲ ਜਾਂ ਕ੍ਰੀਮੀਕਲ ਕਲਰ ਦੀਆਂ ਬਿਲਡਿੰਗਾਂ ਦੇ ਨਾਲ, ਜਦੋਂ ਰੈੱਡ ਕਲਰ ਦਾ ਕੰਬੀਨੇਸ਼ਨ ਹੈਗਾ ਦੇਖਿਆ ਜਾਂਦਾ ਤਾਂ ਕਿੰਨਾ ਸੋਹਣਾ ਲੱਗਦਾ। ਅਤੇ ਗੱਲ ਹੋਰ ਜਿੱਥੇ ਵੀ ਘੁੰਮਣ ਫਿਰਨ ਵਾਲੀ ਜਗ੍ਹਾ ਕੀ ਥੋੜ੍ਹੀ ਬਹੁਤੀ ਮਸ਼ਹੂਰ, ਜਿੱਦਾਂ ਇਹ ਇੱਥੇ ਲੋਕਾਂ ਦਾ ਕੱਟ ਦੇਖੋ ਕਿੰਨਾ ਹੋਇਆ ਪਿਆ, ਮੈਂ ਤੁਹਾਨੂੰ ਦਿਖਾਉਣਾ ਜਾ ਕੇ, ਉੱਥੇ ਇਸ ਤਰੀਕੇ ਦੀਆਂ ਸ਼ੋਪਸ ਜ਼ਰੂਰ ਬਣਾਈਆਂ ਹੋਈਆਂ ਨੇਗੀਆਂ ਕਿ ਤੁਸੀਂ ਇੱਥੋਂ ਆਪਦਾ ਗਿਫਟ ਵਗੈਰਾ ਲੈ ਸਕਦੇ ਹੋਗੇ ਅਤੇ ਹੋਰ ਚੀਜ਼ਾਂ ਨੂੰ ਐਕਸਚੇਂਜ ਕਰ ਸਕਦੇ ਹੋ ਆਪਦੇ ਫਰੈਂਡਸ ਦੇ ਨਾਲ ਆਪਣੇ ਪਿਆਰ ਨੂੰ ਜ਼ਾਹਰ ਕਰਨ ਦੇ ਲਈ। ਦੇਖੋ ਜੀ ਕਿੰਨਾ ਸੋਹਣਾ ਜਿਹੜਾ ਮਾਹੌਲ ਆ ਕ੍ਰੀਏਟ ਕੀਤਾ, ਕਿੰਨੇ ਜ਼ਿਆਦਾ ਲੋਕ ਨੇ ਜਿਹੜੇ ਐਜ ਏ ਟੂਰਿਸਟ ਇੱਥੇ ਆਏ ਹੋਏ ਨੇਗੇ ਅਤੇ ਦੇਖ ਰਹੇ ਨੇਗੇ। ਬਹੁਤ ਸੋਹਣੇ ਤਰੀਕੇ ਨਾਲ ਬਿਲਡਿੰਗ ਬਣਾਈ ਹੋਈ ਹੈ ਵੀ ਤਾਂ ਨੈਸ਼ਨਲ ਗੈਲਰੀ ਆ ਜੋ ਮੇਰੇ ਸਾਹਮਣੇ ਆ, ਅਤੇ ਹਜੇ ਓਪਨ ਨਹੀਂ ਹੋਈ, ਸਵੇਰ ਦਾ ਟਾਈਮ ਹੋਣ ਕਰਕੇ ਅਤੇ ਸਵੇਰੇ ਸਵੇਰੇ 11 ਕੁ ਵੱਜੇ ਨੇ, ਹਜੇ 10 ਕੁ ਵੱਜੇ ਨੇ, 12 ਵਜੇ ਓਪਨ ਹੁੰਦੀ ਹੈਗੀ ਇਹ ਜਿਹੜੀ ਕਰੰਟ ਟਾਈਮਿੰਗ ਹੈਗੀ, ਕਿਉਂਕਿ ਇਹਦੇ ਵਿੱਚ ਕੰਸਟਰਕਸ਼ਨ ਚੱਲ ਰਹੀ ਹੈ ਅਤੇ ਵੈਸੇ ਵੀ ਲੋਕਾਂ ਦੇ ਲਈ ਇਹ ਹੁਣ ਬੰਦ ਕੀਤੀ ਹੋਈ ਹੈਗੀ, ਕਿਉਂਕਿ ਜਿਸ ਦਿਨ ਆਪਾਂ ਪਹਿਲਾਂ ਆਏ ਸੀ ਟ੍ਰਾਫਲਗਰ ਸਕੇਅਰ ਦੇ ਉੱਤੇ ਉਸ ਦਿਨ ਆਪਾਂ ਪੁੱਛਿਆ ਸੀਗਾ ਕੁਛ ਟਾਈਮ ਲਈ ਜਾ ਕੇ, ਤਾਂ ਉਦੋਂ ਦੱਸਿਆ ਸੀਗਾ ਇਹਨਾਂ ਨੇ ਕਿ 12 ਕੁ ਵਜੇ ਓਪਨ ਹੁੰਦੀ ਆ, 12 ਤੋਂ 3 ਦੇ ਆਸ ਪਾਸ ਦੀ ਟਾਈਮਿੰਗ ਹੈਗੀ, ਅਤੇ ਲਿਮਿਟਡ ਜੀ ਜਿਹੜੀ ਐਂਟਰੀ ਹੈਗੀ ਉਹ ਦਿੱਤੀ ਜਾਂਦੀ ਆ ਕਿਉਂਕਿ ਇਹਦੇ ਅੰਦਰ ਕੰਸਟਰਕਸ਼ਨ ਚੱਲ ਰਹੀ ਹੈ ਫਿਲਹਾਲ। ਦੇਖੋ ਕਿੱਡੇ ਕਿੱਡੇ ਜਿਹੜੇ ਸ਼ੇਰਾਂ ਦੇ ਸਟੈਚੂ ਆ ਇੱਥੇ ਲਾਏ ਹੋਏ ਆ, ਫੁਹਾਰੇ ਚੱਲ ਰਹੇ ਆ, ਲੋਕ ਆਪਦਾ ਇੰਜੋਏ ਕਰ ਰਹੇ ਨੇ ਕੋਈ ਕਿਸ ਤਰੀਕੇ ਨਾਲ ਕੋਈ ਕਿਸ ਤਰੀਕੇ ਨਾਲ, ਮਤਲਬ ਜਿਹੜਾ ਮਾਹੌਲ ਆ ਪੂਰਾ ਗੁੱਡ ਸਿਰਜਿਆ ਹੋਇਆ ਹੈਗਾ ਇੱਥੇ। ਕਿ ਸਵੇਰੇ ਸਵੇਰੇ 10 ਕੁ ਵਜੇ ਲੋਕਾਂ ਦਾ ਕਿੰਨਾ ਕੁ ਇਕੱਠ ਹੋ ਜਾਂਦਾ ਹੈਗਾ, ਅਤੇ ਤੁਸੀਂ ਦੇਖੋ ਜਦੋਂ ਸ਼ਾਮ ਹੁੰਦੀ ਹੋਊਗੀ
ਉਦੋਂ ਕਿੰਨੇ ਲੋਕ ਹੋਰ ਇਕੱਠੇ ਹੋ ਜਾਂਦੇ ਹੋਣਗੇ, ਕਿਉਂਕਿ ਹਜੇ ਤਾਂ ਕੁਝ ਲੋਕਾਂ ਨੇ ਕੰਮ 'ਤੇ ਜਾਣਾ ਹੁੰਦਾ ਤਾਂ ਲੋਕਲ ਵੀ ਇੱਥੇ ਇਕੱਠੇ ਹੋਣਗੇ ਸ਼ਾਮ ਨੂੰ। ਆਪਣੇ ਨਾ ਨੇੜੇ ਸ਼ੋਅ ਚੱਲ ਰਿਹਾ ਹੈਗਾ, ਇੱਕ ਮਿਊਜ਼ੀਕਲ ਸ਼ੋਅ ਆ ਟ੍ਰਫਰ ਸਕੇਅਰ ਦੇ ਉੱਤੇ, ਉਹ ਵੀ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ ਆਪਾਂ। ਪਰ ਮੈਂ ਕਿਹਾ ਤੁਹਾਨੂੰ ਥੋੜ੍ਹਾ ਜਿਹਾ ਹੋਰ ਨਜ਼ਾਰਾ ਦਿਖਾ ਦਾਂ ਵੀ ਕਿਸ ਤਰੀਕੇ ਦਾ ਜਿਹੜਾ ਵਿਊ ਆ ਇੱਥੇ ਦੇ, ਕਿੰਨੇ ਕੁ ਲੋਕ ਇਕੱਠੇ ਹੋਏ, ਕਿੱਦਾਂ ਇੰਜੋਏ ਕਰ ਰਿਹਾ। ਹਰੇਕ ਬੰਦਾ ਇੰਜੋਏ ਕਰ ਰਿਹਾ ਆਪਣਾ ਯਾਰ, ਤੁਸੀਂ ਸਾਰੇ ਆਓ ਬਾਈ, ਜਲਦੀ ਤੋਂ ਜਲਦੀ ਆਪਣੀ ਵੀਡੀਓਜ਼ ਦੇਖ ਕੇ ਵੀਜ਼ੇ ਲਵਾਓ, ਪਰਮਾਤਮਾ ਤੁਹਾਡੇ ਸਾਰਿਆਂ ਦੇ ਵੀਜ਼ੇ ਲਵਾਵੇ, ਤੁਸੀਂ ਇੰਗਲੈਂਡ ਦੀ ਧਰਤੀ 'ਤੇ ਆ ਕੇ ਧੱਕ ਪਾਓ। ਇੱਥੇ ਜਿਵੇਂ ਆਪਣੇ ਚੰਡੀਗੜ੍ਹ ਲੇਕ ਦੇ ਉੱਤੇ ਸਕੈਚ ਆਰਟਿਸਟ ਬੈਠੇ ਹੁੰਦੇ ਨੇ, ਉਸ ਤਰੀਕੇ ਨਾਲ ਤਾਂ ਸਕੈਚ ਆਰਟਿਸਟ ਵੀ ਬੈਠੇ ਹੋਏ ਨੇਗੇ। ਪੋਰਟਰੇਟ 40 ਪਾਉਂਡ ਦਾ, ਫੋਟੋਗ੍ਰਾਫਰ ਨੂੰ ਦੇਖ ਕੇ 100 ਪਾਉਂਡ ਦਾ, ਇਸ ਤਰੀਕੇ ਦੇ ਜੇ ਬਲੈਕ ਐਂਡ ਵਾਈਟ ਆ, ਜੇ ਕਲਰ ਆ ਉਹ 60 ਪਾਉਂਡ ਦਾ ਗਾ। ਵਧੀਆ ਤਰੀਕੇ ਦੇ ਪੋਰਟਰੇਟ ਬਣਾਉਂਦਾ ਬਾਈ, ਦੇਖੋ ਕਿੰਨੇ ਸੋਹਣੇ ਤਰੀਕੇ ਦੇ ਜਿਹੜੇ ਪੋਰਟਰੇਟਸ ਨੇ ਇੱਥੇ ਬਣਾਏ ਹੋਏ ਆ। ਇਹ ਹੈਗੇ ਆ ਕਾਰਟੂਨ ਵਾਲੇ, ਜੇ ਤੁਸੀਂ ਕਾਰਟੂਨ ਬਣਾਉਣਾ ਗਾ ਤਾਂ $45 ਦਾ ਬਲੈਕ ਐਂਡ ਵਾਈਟ ਆ, 45 ਪਾਉਂਡ ਦਾ। ਲਓ ਜੀ ਜਿਹੜਾ ਮਿਊਜ਼ਿਕ ਸ਼ੋਅ ਚੱਲ ਰਿਹਾ ਹੈਗਾ, ਆਪਾਂ ਪਹੁੰਚ ਗਏ ਉਹਦੇ ਕੋਲੇ, ਤੁਹਾਨੂੰ ਦਿਖਾਉਂਦੇ ਹਾਂ ਨਜ਼ਾਰਾ ਮਿਊਜ਼ਿਕ ਗੈਲਰੀ ਦਾ। ਇਹ ਆ ਸਾਹਮਣੇ ਬਾਈ, ਬਹੁਤ ਜਿਹੜੇ ਲੋਕ ਨੇ ਸਵੇਰੇ ਸਵੇਰੇ ਇਕੱਠੇ ਹੋ ਜਾਂਦੇ ਬਾਈ, ਫੁੱਲ ਮਾਹੌਲ ਵਧੀਆ ਕ੍ਰੀਏਟ ਹੋ ਜਾਂਦਾ ਇੱਥੇ, ਤੁਸੀਂ ਸਾਰੇ ਜਾਣੇ ਆਓ। ਦੋ ਪੈੜਾਂ ਰੱਖ ਕੇ ਹੀ ਥੋੜ੍ਹੇ ਜਿਹੇ ਸਾਊਂਡ ਸਿਸਟਮ ਦੇ ਨਾਲ ਹੀ ਬੰਦੇ ਇਹ ਆਪਦਾ ਜਿਹੜਾ ਮਿਊਜ਼ਿਕ ਸਿਸਟਮ ਆ ਉਹ ਕੰਪਲੀਟ ਕਰ ਲੈਂਦੇ ਹੈਗੇ। ਇਸ ਜਗ੍ਹਾ ਦਾ ਨਜ਼ਾਰਾ ਲੈਂਦੇ ਹੋਏ ਕਿੰਨੇ ਹੀ ਸੈਲਾਨੀਆਂ ਨੂੰ ਤੁਸੀਂ ਦੇਖ ਸਕਦੇ ਹੋ। ਅਤੇ ਇੱਥੇ ਮੈਨੂੰ ਇੱਕ ਹੋਰ ਚੀਜ਼ ਦਿਖੀ ਜਿਹਦੇ ਵੱਲ ਮੈਂ ਤੁਹਾਨੂੰ ਲੈ ਕੇ ਜਾ ਰਿਹਾ, ਸ਼ਾਇਦ ਤੁਸੀਂ ਗੈਸ ਕਰ ਲਿਆ ਹੋਊਗਾ, ਕਿਉਂਕਿ ਸਾਹਮਣੇ ਇੱਕ ਝੰਡਾ ਦਿਖ ਰਿਹਾ ਮੈਨੂੰ, ਜਿਹੜਾ ਕਿ ਕੈਨੇਡਾ ਦਾ ਝੰਡਾ ਅਤੇ ਲੰਡਨ ਦੇ ਟ੍ਰੈਫਲਰ ਸਕੇਅਰ ਦੇ ਵਿੱਚ ਲਾਇਆ ਹੋਇਆ ਗਾ। ਮੈਂ ਕਿਹਾ ਦੇਖਿਆ ਜਾਵੇ ਇਹ ਕਿਹੜੀ ਜਗ੍ਹਾ ਗੀ ਜਾਂ ਕਿਹੜੀ ਬਿਲਡਿੰਗ ਆ ਜਿਹੜੀ ਇਹ ਬਣਾਈ ਹੋਈ ਆ, ਅਤੇ ਇੱਥੇ ਕੀ ਕੰਮ ਹੁੰਦਾ ਕੈਨੇਡਾ ਦਾ। ਉਹ ਉੱਪਰ ਗੋਲਡਨ ਕਲਰ ਦੇ ਨਾਲ ਵੀ ਕੈਨੇਡਾ ਲਿਖਿਆ ਹੋਇਆ, ਤੁਸੀਂ ਦੇਖੋ ਦੇਖਦੇ ਹਾਂ ਇੱਥੇ ਆਪਾਂ ਕਿਹੜੀ ਬਿਲਡਿੰਗ ਆ, ਜਾਂ ਕੋਈ ਜਾਣਕਾਰੀ ਇਕੱਠੀ ਕਰਦੇ ਹਾਂ, ਜੇ ਜਾਣਕਾਰੀ ਮਿਲੀ ਤਾਂ ਆਪਾਂ ਤੁਹਾਡੇ ਸਾਰਿਆਂ ਨਾਲ ਜ਼ਰੂਰ ਸਾਂਝੀ ਕਰਾਂਗੇ। ਇਹ ਸਪੈਸ਼ਲ ਬਿਲਡਿੰਗ ਕੈਨੇਡਾ ਵਾਲਿਆਂ ਦੀ ਬਣੀ ਹੋਈ ਆ। ਦੇਖੋ ਕਿੰਨੇ ਜ਼ਿਆਦਾ ਜਿਹੜੇ ਝੰਡੇ ਨੇ ਉਹ ਲਾਏ ਹੋਏ ਆ ਕੈਨੇਡਾ ਵਾਲਿਆਂ ਨੇ। ਇਹ ਦੋਸਤੋ ਕੈਨੇਡਾ ਹਾਊਸ ਹੈਗਾ, ਆਹ ਬੋਰਡ ਦੇ ਉੱਤੇ ਲਿਖਿਆ ਹੋਇਆ ਕੈਨੇਡਾ ਹਾਊਸ। ਮੌਸਮ ਹੀ ਬੜਾ ਪਿਆਰਾ ਦੇਖੋ ਇੱਥੋਂ ਦਾ, ਸੇਬ ਦੇ ਉੱਤੇ ਮੱਖੀ ਵੀ ਜਾ ਰਹੀ ਹੈ, ਇੱਕ ਡਰੋਨ ਵੀ ਬੈਠਾ ਦੇਖੋ, ਡਰੋਨ ਬਣਾਇਆ ਹੋਇਆ।
ਯੂਕਰੇਨ ਦਾ ਝੰਡਾ ਸਪੈਸ਼ਲ ਲਾਇਆ ਹੋਇਆ ਵੀ ਜੇ ਇੱਥੇ ਕੋਈ ਯੂਕਰੇਨੀ ਆ ਕੇ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦਾ ਤਾਂ ਉਹ ਜਾ ਸਕਦਾ। ਆਪਾਂ ਕੈਨੇਡਾ ਹਾਊਸ ਦੇ ਵਿੱਚ ਐਂਟਰ ਹੋ ਕੇ ਆਏ ਹਾਂ ਅਤੇ ਉੱਥੋਂ ਜਾਣਕਾਰੀ ਲੈ ਕੇ ਆਏ ਹਾਂ ਵੀ ਕਿਹੜੇ ਬੰਦੇ ਨੇ ਜਿਹੜੇ ਵੀਜ਼ਾ ਅਪਲਾਈ ਕਰ ਸਕਦੇ ਨੇ। ਕਿਉਂਕਿ ਸਮ ਟਾਈਮ ਤਾਂ ਜਿਹੜੇ ਟੂਰਿਸਟ ਨੇ ਉਹ ਅਪਲਾਈ ਕਰ ਸਕਦੇ ਨੇ, ਪਰ ਮੋਸਟ ਆਫ ਦਾ ਟਾਈਮ ਜਿਹੜੀਆਂ ਫਾਈਲਾਂ ਨੇ ਉਹ ਅਸੀਂ ਅਸੈਪਟ ਨਹੀਂ ਕਰਦੇ, ਕਿਉਂਕਿ ਟੂਰਿਸਟ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਤੁਸੀਂ ਜਿਹੜੀ ਤੁਹਾਡੀ ਹੋਮ ਕੰਟਰੀ ਆ ਤੁਸੀਂ ਆਪਣੀ ਹੋਮ ਕੰਟਰੀ ਤੋਂ ਵੀਜ਼ਾ ਅਪਲਾਈ ਕਰੋ। ਅਤੇ ਜੇ ਫਿਰ ਵੀ ਤੁਸੀਂ ਆਪਣਾ ਵੀਜ਼ਾ ਵਗੈਰਾ ਯੂਕੇ ਦੇ ਵਿੱਚ ਆ ਕੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਹ ਉਹਨਾਂ ਦਾ ਵਿਜ਼ਿਟਿੰਗ ਕਾਰਡ ਹੈਗਾ ਅਤੇ ਇਸ ਦੇ ਉੱਤੇ ਉਹਨਾਂ ਦਾ ਈਮੇਲ ਐਡਰੈਸ ਵਗੈਰਾ ਹੈਗਾ ਅਤੇ ਫੋਨ ਨੰਬਰ ਹੈਗਾ, ਤੁਸੀਂ ਇਸ ਦੇ ਉੱਤੇ ਕੰਟੈਕਟ ਕਰ ਸਕਦੇ ਹੋਗੇ। ਅਤੇ ਜੇ ਤੁਸੀਂ ਵੀਜ਼ਾ ਆਫਿਸ ਦੇ ਵਿੱਚ VFS ਆਫਿਸ ਜਾਣਾ ਤਾਂ ਇਹ ਵਾਲਾ ਹੈਗਾ ਗਾ VFS ਆਫਿਸ ਦਾ ਐਡਰੈਸ, ਤੁਸੀਂ ਸਾਰੇ ਜਣੇ ਦੇਖ ਲਓ, ਮੈਂ ਸਾਈਡ 'ਤੇ ਕਰਕੇ ਦਿਖਾ ਰਿਹਾ ਗਾ। ਅਤੇ ਇਹਦੇ ਵਿੱਚ ਲਿਖਿਆ ਹੋਇਆ ਹੈਗਾ 66 ਵਿਲਸਨ ਸਟਰੀਟ ਲਾਂਡਰੈਸ, ਅਤੇ ਟੈਲੀਫੋਨ ਨੰਬਰ ਹੈਗਾ ਇਹਨਾਂ ਦਾ 02307938624। ਤੁਸੀਂ ਇਸ ਦੇ ਉੱਤੇ ਕੰਟੈਕਟ ਕਰਕੇ, ਅਗਰ ਤੁਸੀਂ ਯੂਕੇ 'ਚ ਆਏ ਹੋ ਤੁਸੀਂ ਕੈਨੇਡਾ ਵੀ ਵਿਜ਼ਿਟ ਕਰਨਾ ਗਾ ਤਾਂ ਤੁਸੀਂ ਇਸ ਕੰਟੈਕਟ ਦੇ ਉੱਤੇ ਜਾ ਕੇ ਆਪਣਾ ਜਿਹੜਾ ਵੀਜ਼ਾ ਗਾ ਅਪਲਾਈ ਕਰ ਸਕਦੇ ਹੋਗੇ। ਉਹਨੂੰ ਪੁੱਛ ਸਕਦੇ ਹੋ ਕਿ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੋ, ਜਾਂ ਉਸ ਟਾਈਮ ਦੇ ਉੱਤੇ ਜਿਹੜੀਆਂ ਫਾਈਲਾਂ ਨੇ ਅਸੈਪਟ ਕਰ ਰਹੇ ਆ ਕਿ ਨਹੀਂ ਕਰ ਰਹੇ ਆ। ਅਤੇ ਮੈਂ ਤੁਹਾਨੂੰ ਜਿਹੜੇ ਉਹਨਾਂ ਦੇ ਅਫੀਸ਼ੀਅਲ ਈਮੇਲ ਆਈ ਡੀ ਦੇ ਕੰਟੈਕਟਸ ਨੇ ਇੱਕ ਵਾਰ ਫਿਰ ਦਿਖਾ ਰਿਹਾ ਗਾ ਕਿ ਤੁਸੀਂ ਇੱਥੇ ਦੇਖ ਲਓ। ਪਰ ਫਿਲਹਾਲ ਉਹ ਯੂਕਰੇਨੀਅਨਸ ਨੂੰ ਪ੍ਰੈਫਰੈਂਸ ਦੇ ਰਹੇ ਨੇਗੇ ਇਸ ਜਿਹੜੀ ਬਿਲਡਿੰਗ ਦੇ ਵਿੱਚ ਕੌਣ ਕੌਣ ਰਹਿੰਦਾ ਗਾ ਜਾਂ ਕੌਣ ਕੌਣ ਬੈਠਦਾ ਗਾ, ਕਿੰਨੇ ਵਜੇ ਓਪਨਿੰਗ ਆ, ਮੈਂ ਉਹ ਵੀ ਪੁੱਛ ਰਿਹਾ ਸੀਗਾ। ਮੇਰੇ ਇੱਕ ਆਪਣੀ ਆਰਟ ਗੈਲਰੀ ਆ ਕੈਨੇਡਾ ਦੀ ਜਿਹੜੀ 6 ਵਜੇ ਸ਼ਾਮ ਨੂੰ ਕਲੋਜ਼ ਹੋ ਜਾਂਦੀ ਹੈਗੀ ਅਤੇ 12 ਵਜੇ ਦੇ ਤਕਰੀਬਨ ਖੁੱਲ੍ਹਦੀ ਆ, ਪਰ ਹਜੇ ਟਾਈਮ ਨਹੀਂ ਹੈਗਾ ਪੂਰਾ ਆਪਣੇ ਕੋਲ, 12 ਵਜੇ ਨਹੀਂ ਗਏ। ਸੋ ਜੇ ਅਗਰ ਆਪਾਂ ਦੁਬਾਰਾ ਇਸੇ ਪਲੇਸ ਦੇ ਆਸ ਪਾਸ ਹੋਏ ਤਾਂ ਦੁਬਾਰਾ ਆ ਕੇ ਤੁਹਾਨੂੰ ਸਾਰਿਆਂ ਨੂੰ ਆਪਾਂ ਇਸ ਆਰਟ ਗੈਲਰੀ ਨੂੰ ਜਿਹੜੀ ਕੈਨੇਡਾ ਦੀ ਹੈਗੀ ਯੂਕੇ ਦੇ ਵਿੱਚ ਬਣੀ ਹੋਈ ਹੈ ਟਰਾਫਲਰ ਸਕੇਅਰ ਦੇ ਨਾਲ, ਤਾਂ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਅਤੇ ਮੈਂ ਇਹਨਾਂ ਨੂੰ ਹੋਰ ਪੁੱਛਿਆ ਸੀ ਕਿ ਇੱਥੇ ਬਿਲਡਿੰਗ ਦੇ ਹੋਰ ਕੀ ਕੁਝ ਹੈਗਾ, ਇੱਥੇ ਇਹਦੇ ਵਿੱਚ ਕਾਊਂਸਲਰ ਸਰਵਿਸਿਜ਼ ਨਹੀਂ ਆ, ਜਿਹੜਾ ਸਟਾਫ ਹੈਗਾ ਬਾਕੀ ਬਿਲਡਿੰਗ ਵਿੱਚ ਉਹ ਪੈਂਦਾ ਗਾ, ਪਰ ਇੱਥੇ ਵੀਜ਼ਾ ਪ੍ਰੋਸੈਸ ਹੁੰਦਾ ਜ਼ਰੂਰ ਆ, ਪਰ ਉਹ ਇੱਥੋਂ ਦਾ ਸਿਰਫ ਇੱਕ ਸਿਸਟਮ ਆ, ਇੱਕ ਆਫਿਸ ਹੈਗਾ, ਤੁਹਾਨੂੰ ਵੀਜ਼ਾ ਲਵਾਉਣ ਦੇ ਲਈ ਸਿਰਫ ਇਸੇ ਐਡਰੈਸ ਦੇ ਉੱਤੇ ਹੀ ਜਾਣਾ ਪਊਗਾ, ਹੋਰ ਤੁਹਾਨੂੰ ਕਿਤੇ ਵੀ ਵੀਜ਼ਾ ਸਰਵਿਸ ਨਹੀਂ ਮਿਲਣੀ। ਤੁਹਾਨੂੰ ਐਡਰੈਸ ਦੋਸਤੋਂ ਦੱਸਤਾ, ਇਹ ਕਾਰਡ ਆ ਜੀ ਉਹਨਾਂ ਦਾ ਅਤੇ ਇਹ ਹੈਗਾ ਗਾ ਉਹਨਾਂ ਦਾ ਕੰਟੈਕਟ ਆ। ਤੁਸੀਂ ਵੀਡੀਓ ਪੌਜ਼ ਕਰਕੇ ਇਸ ਨੂੰ ਆਰਾਮ ਨਾਲ ਦੇਖ ਲਿਓ ਅਤੇ ਤੁਸੀਂ ਜਦੋਂ ਵੀ ਇੱਥੇ ਆਉਣਾ ਨੋਟ ਵਗੈਰਾ ਕਰ ਲਿਓ। ਜੇ ਕਿਸੇ ਨੂੰ ਕੋਈ ਕੁਐਰੀ ਹੋਈ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਰ ਸਕਦੇ ਹੋਗੇ। ਨੈਸ਼ਨਲ ਗੈਲਰੀ ਹਜੇ ਉਹ ਵੀ ਓਪਨ ਨਹੀਂ ਹੋਈ। ਆਪਾਂ ਚੱਲਦੇ ਹਾਂ ਜੀ ਕਿਸੇ ਹੋਰ ਜਗ੍ਹਾ ਦੇ ਉੱਤੇ, ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਦੇ ਉੱਤੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।